ਸਤਿ ਸ਼੍ਰੀ ਅਕਾਲ ਪੰਜਾਬੀਓ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਸਵੰਤ ਸਿੰਘ ਖਾਲੜਾ ਜੀ ਬਾਰੇ। ਜਸਵੰਤ ਸਿੰਘ ਖਾਲੜਾ ਜੀ ਦਾ ਜਨਮ 2 ਨਵੰਬਰ 1952 ਨੂੰ ਅੰਮ੍ਰਿਤਸਰ ਵਿਖੇ ਹੋਇਆ ਅਤੇ ਖਾਲੜਾ ਜੀ ਇੱਕ ਹਿਊਮਨ ਰਾਈਟ ਐਕਟੀਵਿਸਟ ਸਨ। ਉਹਨਾਂ ਨੇ 25,000 ਗੈਰ ਕਾਨੂੰਨੀ ਕਤਲ ਜੋ ਕਿ ਪੰਜਾਬ ਪੁਲਿਸ ਨਾਲ ਸੰਬੰਧਿਤ ਸਨ ਅਤੇ ਉਹਨਾਂ ਦੇ ਸੰਸਕਾਰ ਬਾਰੇ ਖੋਜ ਕੀਤੀ ਸੀ। ਇਹ ਸਾਰੇ 25,000 ਗੈਰ ਕਾਨੂੰਨੀ ਕਤਲ ਪੰਜਾਬ ਪੁਲਿਸ ਨੇ ਕੀਤੇ ਸੀ ਅਤੇ ਇਸ ਮੁੱਦੇ ਨੂੰ ਵਿਸ਼ਵ ਪੱਧਰ 'ਤੇ ਉਠਾਇਆ ਅਤੇ ਉਹਨਾਂ ਨੇ ਇਹ ਵੀ ਖੋਜ ਕੀਤੀ ਕਿ 2000 ਪੁਲਿਸ ਅਫਸਰਾਂ ਨੂੰ ਵੀ ਮਾਰਿਆ ਸੀ ਜੋ ਇਹਨਾਂ ਕਤਲਾਂ ਵਿੱਚ ਉਹਨਾਂ ਦਾ ਸੰਯੋਗ ਨਹੀਂ ਸੀ ਦੇ ਰਹੇ। ਖਾੜਕੂਵਾਦ ਦੇ ਦੌਰ ਵਿੱਚ ਖਾਲੜਾ ਜੀ ਅੰਮ੍ਰਿਤਸਰ ਵਿੱਚ ਬੈਂਕ ਡਾਇਰੈਕਟਰ ਸਨ। ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਦੰਗਿਆਂ ਤੋਂ ਬਾਅਦ ਪੁਲਿਸ ਸ਼ੱਕੀ ਅੱਤਵਾਦੀ ਦੇ ਰੂਪ ਵਿੱਚ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਰਹੀ ਸੀ ਅਤੇ ਉਹਨਾਂ ਕੋਲ ਉਸ ਸਮੇਂ ਹਿਰਾਸਤ ਵਿੱਚ ਲੈਣ ਦਾ ਪੂਰਾ ਪੂਰਾ ਅਧਿਕਾਰ ਸੀ। ਉਸ ਸਮੇਂ ਪੁਲਿਸ ਉੱਤੇ ਕਈ ਕਤਲਾਂ ਨੂੰ ਲੁਕਾਉਣ ਅਤੇ ਨਿਹੱਤੇ ਸ਼ੱਕੀਆਂ ਨੂੰ ਇਨਕਾਊਂਟਰ ਵਿੱਚ ਮਾਰਨ ਦਾ ਦੋਸ਼ ਸੀ। ਜਸਵੰਤ ਸਿੰਘ ਖਾਲੜਾ ਜੀ ਇੱਕ ਸਮੇਂ ਉੱਤੇ 4 ਕੇਸਾਂ ਉੱਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਦੇ ਗਵਾਹ ਅਤੇ ਸਬੂਤ ਇਕੱਠੇ ਕਰ ਰਹੇ ਸਨ। ਪਹਿਲਾ ਸੁਰਜੀਤ ਸਿੰਘ ਬੇਲਾ ਜੋ ਕਿ ਖਾੜਕੂ ਸੰਘਰਸ਼ ਵਿੱਚ ਸ਼ਾਮਲ ਸਨ, ਉਹਨਾਂ ਦੀ ਪੁਲਿਸ ਹਿਰਾਸਤ ਵਿੱਚ ਹੱਤਿਆ ਹੋਈ ਸੀ। ਦੂਜਾ 7 ਨਾਗਰਿਕਾਂ ਦੀ ਮੌਤ ਦੇ ਸੰਬੰਧ ਵਿੱਚ ਮਨੁੱਖੀ ਢਾਲ ਦਾ ਕੇਸ ਅਤੇ ਤੀਜਾ ਪੰਜਾਬ ਵਿੱਚ 25,000 ਲਾਸ਼ਾਂ ਦਾ ਸੰਸਕਾਰ, ਚੌਥਾ ਪੁਲਿਸ ਨੇ ਅੱਤਵਾਦੀ ਵਿਰੋਧੀ ਕਾਰਵਾਈਆਂ ਵਿੱਚ ਸਾਥ ਨਾ ਦੇਣ ਵਿੱਚ 2000 ਪੁਲਿਸ ਅਧਿਕਾਰੀਆਂ ਨੂੰ ਵੀ ਕਤਲ ਕੀਤਾ ਸੀ। CBI ਜਾਂਚ ਅਨੁਸਾਰ ਤਰਨ ਤਾਰਨ ਵਿੱਚ 2097 ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਤਲ ਕੀਤਾ ਅਤੇ ਸੰਸਕਾਰ ਕੀਤਾ ਗਿਆ। ਜਸਵੰਤ ਸਿੰਘ ਖਾਲੜਾ ਜੀ ਉਸ ਸਮੇਂ ਸ਼ਮਸ਼ਾਨ ਘਾਟਾਂ ਵਿੱਚ ਜਾਂਦੇ ਅਤੇ ਸਬੂਤ ਇਕੱਠੇ ਕਰਦੇ। ਫਿਰ ਉਹਨਾਂ ਨੂੰ ਇੱਕ ਦਿਨ ਵੱਡੀ ਕਾਮਯਾਬੀ ਹੱਥ ਲੱਗੀ। ਉਹਨਾਂ ਨੇ ਨਗਰ ਨਿਗਮ ਤੋਂ ਫਾਈਲਾਂ ਲੱਭੀਆਂ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਦੇ ਨਾਮ, ਪਤੇ ਅਤੇ ਉਮਰ ਲਿਖੀ ਹੋਈ ਸੀ ਜਿਨ੍ਹਾਂ ਨੂੰ ਪੁਲਿਸ ਨੇ ਕਤਲ ਕੀਤਾ ਸੀ ਅਤੇ ਸਾੜ ਦਿੱਤਾ ਸੀ, ਕਿਉਂਕਿ ਲਵਾਰਿਸ ਲਾਸ਼ਾਂ ਦੇ ਬਾਲਣ ਦਾ ਹੱਕ ਨਗਰ ਨਿਗਮ ਕੋਲ ਹੁੰਦਾ ਹੈ। ਜਦੋਂ ਉਹਨਾਂ ਨੇ ਹੋਰ ਖੋਜਾਂ ਕੀਤੀਆਂ ਅਤੇ ਹੋਰ ਕਈ ਕੇਸਾਂ ਦਾ ਖੁਲਾਸਾ ਕੀਤਾ ਅਤੇ ਸੂਚੀ ਵਿੱਚ ਹਜ਼ਾਰਾਂ ਦਾ ਵਾਧਾ ਹੋ ਗਿਆ। ਖਾਲੜਾ ਜੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਖਾਲੜਾ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਉਹ ਜਿਉਂਦੇ ਨੇ ਜਾਂ ਮਰੇ ਨੇ, ਕਿਉਂਕਿ ਪਰਿਵਾਰ ਉਹਨਾਂ ਦੀ ਹਲੇ ਤੱਕ ਉਡੀਕ ਕਰ ਰਹੇ ਹਨ, ਸਾਨੂੰ ਉਹਨਾਂ ਦੀ ਕੋਈ ਪੁਸ਼ਟੀ ਤਾਂ ਦੇ ਦਿਓ। ਫਿਰ ਟ੍ਰਿਬਿਊਨ ਇੰਡੀਆ ਰਾਹੀਂ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ। ਖਾਲੜਾ ਜੀ ਇਸ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਗਏ ਸਨ ਅਤੇ ਪੁਲਿਸ 'ਤੇ ਵੀ ਉਸ ਵੇਲੇ ਬਹੁਤ ਦਬਾਅ ਸੀ। ਫਿਰ ਇੱਕ ਦਿਨ 6 ਸਤੰਬਰ 1995 ਨੂੰ ਖਾਲੜਾ ਜੀ ਆਪਣੇ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ ਅਤੇ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਝਵਾਲ ਥਾਣੇ ਵਿੱਚ ਲੈ ਗਏ। ਹਾਲਾਂਕਿ ਗਵਾਹਾਂ ਨੇ ਪੁਲਿਸ ਨੂੰ ਉਲਝਾਉਣ ਵਾਲੇ ਬਿਆਨ ਦਿੱਤੇ। ਪੰਜਾਬ ਪੁਲਿਸ ਦੇ ਜਨਰਲ ਡਾਇਰੈਕਟਰ KPS ਗਿੱਲ ਨੂੰ ਸਾਜ਼ਿਸ਼ਕਰਤਾ ਵੱਲੋਂ ਨਾਮਜ਼ਦ ਕੀਤਾ ਗਿਆ। 1996 ਵਿੱਚ CBI ਜਾਂਚ ਦੁਆਰਾ ਪਤਾ ਲੱਗਿਆ ਕਿ ਉਹਨਾਂ ਨੂੰ ਤਰਨ ਤਾਰਨ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਸੀ ਅਤੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਅਤੇ ਉਹਨਾਂ ਨੂੰ ਅਗਵਾ ਅਤੇ ਕਤਲ ਕਰਨ ਦੇ ਤਹਿਤ ਉਹਨਾਂ 'ਤੇ ਮੁਕੱਦਮੇ ਦੀ ਸਿਫਾਰਿਸ਼ ਕੀਤੀ। ਉਹਨਾਂ ਦੇ ਕਾਤਲਾਂ ਨੂੰ 10 ਸਾਲ ਤੱਕ ਸ਼ੱਕੀ ਠਹਿਰਾਇਆ ਗਿਆ। ਹਾਲਾਂਕਿ ਇੱਕ ਸ਼ੱਕੀ ਅਜੀਤ ਸਿੰਘ ਸੰਧੂ ਦਾ 1997 ਵਿੱਚ ਕਤਲ ਹੋ ਗਿਆ ਸੀ। ਪਹਿਲਾਂ ਤਾਂ ਇਹ ਦੱਸਿਆ ਜਾਂਦਾ ਰਿਹਾ ਕਿ ਖਾਲੜਾ ਜੀ ਨੇ ਸੂਸਾਈਡ ਕੀਤੀ ਹੈ, ਪਰ ਫਿਰ 18 ਨਵੰਬਰ 2005 ਨੂੰ ਪੰਜਾਬ ਪੁਲਿਸ ਦੇ 6 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ। 2 ਡਿਪਟੀ ਸੁਪਰੀਡੈਂਟ ਜਸਪਾਲ ਸਿੰਘ ਅਤੇ ਅਮਰਜੀਤ ਸਿੰਘ ਨੂੰ ਉਮਰ ਕੈਦ ਅਤੇ ਬਾਕੀਆਂ 4 ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ। ਫਿਰ 16 ਅਕਤੂਬਰ 2007 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ AN ਜਿੰਦਲ ਦੀ ਪ੍ਰਧਾਨਗੀ ਵਾਲੀ ਪੰਜਾਬ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਬਾਕੀ 4 ਦੋਸ਼ੀ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਵਧਾ ਦਿੱਤਾ ਗਿਆ। ਆਓ ਹੁਣ ਉਹਨਾਂ ਦੇ ਪਰਿਵਾਰ ਬਾਰੇ ਜਾਣਦੇ ਹਾਂ।
ਖਾਲੜਾ ਜੀ ਦੇ ਦਾਦਾ ਜੀ ਦਾ ਨਾਮ ਹਰਨਾਮ ਸਿੰਘ, ਜੋ ਕਿ ਜੰਗੇ ਆਜ਼ਾਦੀ ਵੇਲੇ ਗਦਰ ਲਹਿਰ ਵਿੱਚ ਕਾਰਕੁਨ ਸਨ ਅਤੇ ਉਹ ਕਾਮਾਗਾਟਾ ਮਾਰੂ ਜਹਾਜ਼ ਦੇ 376 ਮੁਸਾਫਰਾਂ ਵਿੱਚੋਂ ਇੱਕ ਸਨ। ਖਾਲੜਾ ਜੀ ਦੇ ਧਰਮ ਪਤਨੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਨੇ ਖਾਲੜਾ ਜੀ ਦੀ ਐਕਟੀਵਿਟੀ ਨੂੰ ਜਾਰੀ ਰੱਖਿਆ ਅਤੇ ਖੁਦ ਵੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਹਨ। ਉਹਨਾਂ ਦੇ ਦੋ ਬੱਚੇ ਨਵਕਿਰਨ ਕੌਰ ਅਤੇ ਜਨਮੀਤ ਸਿੰਘ ਹਨ। ਉਹਨਾਂ ਦੇ ਪਿਤਾ ਜੀ ਦਾ ਨਾਮ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ। ਉਹਨਾਂ ਦੇ ਤਿੰਨ ਭਰਾ ਰਜਿੰਦਰ ਸਿੰਘ ਸੰਧੂ ਅਤੇ ਅਮਰਜੀਤ ਸਿੰਘ ਸੰਧੂ, ਜੋ ਕਿ UK ਵਿੱਚ ਰਹਿ ਰਹੇ ਹਨ, ਅਤੇ ਗੁਰਦੇਵ ਸਿੰਘ ਸੰਧੂ ਆਸਟਰੀਆ ਵਿੱਚ ਰਹਿ ਰਹੇ ਹਨ। ਉਹਨਾਂ ਦੀਆਂ ਪੰਜ ਭੈਣਾਂ ਪ੍ਰੀਤਮ ਕੌਰ, ਮਹਿੰਦਰ ਕੌਰ, ਹਰਜਿੰਦਰ ਕੌਰ ਜੋ ਕਿ ਸੇਵਾ ਮੁਕਤ BEO ਹਨ, ਅਤੇ ਬਲਵੀਰ ਕੌਰ ਰਿਟਾਇਰ ਟੀਚਰ ਹਨ, ਅਤੇ ਬੇਅੰਤ ਕੌਰ ਹਨ।